ਮੇਰਾ ਨਾਮ ਨੀਤੂ ਆ, ਮੈਂ ਇੱਥੇ ਕੋਟਕਪੂਰੇ ਦੀ ਰਹਿਣ ਵਾਲੀ ਹਾਂ ਅਤੇ ਅਰਸ਼ ਨਾਲ ਮੇਰਾ ਰਿਲੇਸ਼ਨ ਸੀ ਇੱਕ ਤੋਂ 2 ਸਾਲ ਪਹਿਲਾਂ ਦਾ, ਬਾਰੇ ਬਾਰ ਸਾਡੀ ਗੱਲ ਸੀਗੀ। ਇਹ ਮੈਨੂੰ ਉੱਥੋਂ ਲੈ ਕੇ ਆਇਆ ਮਹੀਨੇ ਬਾਅਦ, ਇਹ ਤਾਂ ਸਦਿੱਤਾ ਨੇ ਗੱਲਾਂ ਗੱਲਾਂ 'ਚ ਕਿ ਦਰਸ਼ਨ ਹੋਟਲ ਆ ਮੇਰੇ ਕੋਲ, ਉੱਥੇ ਤੈਨੂੰ ਮੈਨੇਜਰ ਬਣਾ ਕੇ ਮੈਂ ਰੱਖੂੰਗਾ। ਬਾਅਦ 'ਚ ਨੇ ਮੈਨੇਜਰ ਬਣਾ ਕੇ 1-2 ਮਹੀਨੇ ਰੱਖਿਆ, ਫਿਰ ਮੈਂ ਆਪਦਾ ਘਰ ਵੀ ਛੱਡਤਾ। ਪੇਕੇ ਆਪਦੇ ਰਹਿੰਦੀ ਸੀਗੀ, ਪਹਿਲਾਂ ਮੇਰੀ ਮੈਰਿਜ ਵੀ ਹੋਈ ਸੀ, 2 ਮੇਰੇ ਬੱਚੇ ਸੀਗੇ, ਉਹ ਸਭ ਕੁਛ ਅਰਸ਼ ਨੂੰ ਪਤਾ ਸੀਗਾ। ਉੱਧਰੋਂ ਮੇਰਾ ਕਲੀਅਰ ਹੋਇਆ ਸੀਗਾ, ਇਹ ਕਹਿੰਦਾ ਸੀ ਮੈਂ ਬੱਚੇ ਵੀ ਸਾਂਭੂੰਗਾ, ਮੈਰਿਜ ਵੀ ਕਰਵਾਊਂਗਾ ਤੇਰੇ ਨਾਲ। ਇਹ ਝਾਂਸਾ ਦੇ ਕੇ ਇਹਨੇ ਵਿਆਹ ਦਾ ਨਾਰਾ ਲਾ ਲਾ ਕੇ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਮੈਨੂੰ ਇਹਨੇ ਧੰਦੇ 'ਚ ਪਾਇਆ ਹੋਟਲ ਦੇ 'ਚ। ਫਿਰ ਇਹਨੇ ਮੈਨੂੰ ਕੈਪਸੂਲ, ਗੋਲੀਆਂ, ਨਸ਼ੇ ਖਵਾ ਖਵਾ ਕੇ ਮੈਥੋਂ ਕੰਮ ਕਰਵਾਉਂਦਾ ਰਿਹਾ। ਮੈਨੂੰ ਪ੍ਰੈਗਨੈਂਸੀ ਹੋਈ, ਅਬੋਰਸ਼ਨ ਕਰਵਾ ਦਿੰਦਾ ਸੀ, ਕਿੱਟਾਂ ਖਵਾ ਦਿੰਦਾ ਸੀ, ਇਮੋਸ਼ਨਲੀ ਬਲੈਕਮੇਲ ਕਰਕੇ ਕਿ ਮੈਂ ਤੇਰੇ ਨਾਲ ਮੈਰਿਜ ਕਰਵਾਊਂਗਾ। ਇਹ ਸਭ 2 ਸਾਲਾਂ ਤੋਂ ਚੱਲਦਾ ਰਿਹਾ ਹੈ ਮੇਰੇ ਨਾਲ। ਲਾਸਟ 'ਤੇ ਜਦੋਂ ਮੈਰਿਜ ਦਾ ਸੀਨ ਆਇਆ, ਉਸ ਤੋਂ ਬਾਅਦ ਇਹਨੇ ਕਿਸੇ ਹੋਰ ਕੁੜੀ ਨਾਲ ਗੱਲ ਕਰ ਲਈ। ਜਿਵੇਂ ਫਿਰ 25 ਤਰੀਕ ਦੀ ਮੋਰਨਿੰਗ ਨੂੰ ਏਐਸਆਈ ਬਲਵਿੰਦਰ ਸਰ ਮੇਰੇ ਕੋਲ ਆਏ ਸੀਗੇ 9-10 ਦੇ ਕਰੀਬ, ਕਿ ਨੀਤੂ ਤੇਰੇ 'ਤੇ ਦਰਖਾਸਤ ਆ, ਗੈਰੀ ਨੇ ਦਿੱਤੀ ਹੋਈ ਹੈ, ਯਸ਼ ਹੋਟਲ ਵਾਲੇ ਨੇ। ਇਹਨਾਂ ਨੇ ਮੈਨੂੰ 4 ਵਜੇ ਦਾ ਸ਼ਾਮ ਨੂੰ ਟਾਈਮ ਦਿੱਤਾ ਸੀਗਾ, ਮੈਂ 4 ਵਜੇ ਉੱਥੇ ਮੈਣੇ ਠਾਣੇ 'ਚ ਪਹੁੰਚ ਗਈ ਸੀ ਏਐਸਆਈ ਬਲਵਿੰਦਰ ਕੋਲ ਸਰ ਕੋਲ। ਉਸ ਟਾਈਮ ਉੱਥੇ ਗੈਰੀ ਆਇਆ ਨਹੀਂ ਸੀਗਾ, ਮੈਂ ਏਐਸਆਈ ਸਰ ਨੂੰ ਕਿਹਾ ਸੀ ਵੀ ਜਿਹੜੀ ਮੇਰੇ 'ਤੇ ਦਰਖਾਸਤ ਦਿੱਤੀ ਹੈ ਮੈਨੂੰ ਦਿਖਾ ਦਿਉ, ਨਾ ਹੀ ਉਹਨਾਂ ਨੇ ਮੈਨੂੰ ਦਰਖਾਸਤ ਦਿਖਾਈ। ਉਲਟਾ ਉਹ ਮੈਨੂੰ ਪ੍ਰੈਸਰਾਈਜ਼ ਕਰਦੇ ਸੀਗੇ ਕਿ ਅਰਸ਼ ਤੈਨੂੰ ਐਵੇਂ ਕਰ ਦੂਗਾ, ਗੈਰੀ ਐਵੇਂ ਕਰ ਦੂਗਾ, ਇਹਨਾਂ ਕੋਲ ਪੈਸਾ ਚੱਲਦਾ, ਅੱਜ ਕੱਲ੍ਹ ਬੀਬਾ ਪੈਸਾ ਚੱਲਦਾ ਹਰ ਕਿਤੇ। ਫਿਰ ਉਸ ਤੋਂ ਬਾਅਦ ਗੈਰੀ ਆਇਆ ਨਹੀਂ, ਉੱਥੇ ਅਰਸ਼ ਆਇਆ ਸੀ ਅਤੇ ਹਰਮਨ ਆਏ ਸੀ, ਦੋਨੋਂ ਜਣੇ ਆਏ ਸੀਗੇ। ਇਹ ਪਰੂਫ ਕਰਦੇ ਸੀਗੇ ਕਿ ਉੱਥੇ ਮੈਂ ਗਲਤ ਹਾਂ। ਮੈਂ ਏਐਸਆਈ ਬਲਵਿੰਦਰ ਸਰ ਨੂੰ ਕਿਹਾ, ਮੈਂ ਕਿਹਾ ਸਰ ਇਹਨਾਂ ਨਾਲ ਮੇਰਾ ਕੋਈ ਮਸਲਾ ਨਹੀਂ ਗਾ, ਜਦੋਂ ਗੈਰੀ ਮੋਰਨਿੰਗ ਆਇਆ ਨਾ, ਉਹ ਕਹਿੰਦੇ 10 ਵਜੇ ਦਾ ਟਾਈਮ ਦਿੱਤਾ, ਉਸ ਟਾਈਮ ਮੈਂ ਆ ਜਾਊਂਗੀ, ਗੈਰੀ ਦੀਆਂ ਮੇਰੇ ਕੋਲ ਰਿਕਾਰਡਿੰਗਾਂ ਸਾਰਾ ਕੁਛ ਪਰੂਫ ਪਿਆ ਹੈ। ਇਹ ਮੇਰੇ ਹੋਟਲ ਆਉਣ ਤੋਂ ਪਹਿਲਾਂ ਹੀ ਉਸ ਤੋਂ ਬਾਅਦ ਅਰਸ਼ ਅਤੇ ਹਰਮਨ ਉੱਥੇ ਆ ਗਏ ਸੀਗੇ। ਇਹ ਮੈਨੂੰ ਟੋਰਚਰ ਕਰਦੇ ਸੀਗੇ, ਧਮਕਾਉਂਦੇ ਸੀਗੇ ਵੀ ਇੱਥੋਂ ਚਲੀ ਜਾ, ਨਿਕਲ ਜਾ, ਇਹ ਹੋ ਜੂਗਾ, ਨੀਤੂ ਮਾੜਾ ਹੋ ਜੂ, ਮਾਰਨ ਦੀਆਂ ਧਮਕੀਆਂ ਦਿੰਦੇ ਸੀਗੇ ਵੀ ਅਸੀਂ ਪਿੰਡਰਾਂ ਤੋਂ ਮਣੀ ਨੂੰ ਜਾਣਦੇ ਹਾਂ ਜਾਂ ਇੱਧਰ ਬੰਬੀਆ ਗਰੁੱਪ ਵਾਲੇ ਜਾਣਦੇ ਹਾਂ, ਵੀ ਤੈਨੂੰ ਮਰਵਾ ਦਾਂਗੇ। ਇਹ ਚੀਜ਼ ਇਹਨਾਂ ਨੇ ਕੀਤੀ। ਫਿਰ ਮੇਰੇ ਕਾਰਡ 'ਤੇ ਫੋਨ ਪਾਇਆ ਸੀ, ਮੈਂ ਉਹਦਾ ਸੇਵ ਕੀਤ ਕਰਨ ਵਾਸਤੇ, ਮੇਰੇ ਚਾਬੀਆਂ ਸੀ ਅਲਮਾਰੀ ਦੀਆਂ ਅਤੇ ਲੋਕਰ ਦੀਆਂ। ਇਹਨਾਂ ਨੇ ਕੈਮਰਾ ਬੰਦ ਕਰਕੇ ਚੈਪ ਵਿੱਚੋਂ ਕੱਢ ਕੇ ਆਉਂਦੀ, ਮੇਰੇ ਨਾਲ ਗੇਟ ਲਾ ਕੇ ਮੇਰੇ ਨਾਲ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਹੈ ਤਿੰਨਾਂ ਜਣੇ ਨੇ, ਹਰਮਨ, ਅਰਸ਼, ਸੁੱਖੂ, ਇਹਨਾਂ ਨੇ ਉਹਦਾ ਫਰੈਂਡ ਵੀ ਬੁਲਾ ਲਿਆ ਸੀਗਾ। ਫਿਰ ਮੇਰੇ ਨਾਲ ਕੁੱਟਮਾਰ ਕਰਕੇ ਇਹਨਾਂ ਨੇ, ਉਸ ਤੋਂ ਬਾਅਦ ਇੱਥੇ ਮੇਰੇ ਪ੍ਰਾਈਵੇਟ ਪਾਰਟ ਤੋਂ ਇਹਨਾਂ ਦਾ ਸਾਰਾ ਡਾਟਾ ਸੀ ਮੇਰੇ ਕੋਲ ਸਾਰਿਆਂ ਦਾ, ਇਹਨਾਂ ਨੇ ਮੇਰੇ ਤੋਂ ਫੋਨ ਖੋਇਆ, ਅਰਸ਼ ਦਾ ਵੀ ਡਾਟਾ ਸੀ ਜੋ 2 ਸਾਲ ਆਏ ਤੋਂ ਬਾਅਦ ਮੈਨੂੰ ਪਹਿਲਾਂ ਕਰਦਾ ਹੈ, ਉਹਦਾ ਸਾਰਾ ਡਾਟਾ ਸੀ ਮੇਰੇ ਕੋਲ, ਗੈਰੀ ਦਾ ਡਾਟਾ ਸੀਗਾ, ਹਰਮਨ ਦਾ ਡਾਟਾ ਸੀਗਾ, ਸੁੱਖੂ ਦਾ ਡਾਟਾ ਸੀਗਾ, ਇਹਨਾਂ ਸਾਰੇ ਪਰੂਫ ਸੀ ਜੋ ਮੈਨੂੰ ਧਮਕਾਉਂਦੇ ਸੀਗੇ ਜਾਂ ਮੈਨੂੰ ਟੋਰਚਰ ਕਰਦੇ ਸੀ। ਗੈਰੀ ਨੇ ਅਰਸ਼ ਨਾਲ, ਅਰਸ਼ ਦੀ ਕੁੜੀ ਨਾਲ ਗੱਲ ਕਰਵਾਈ ਆ, ਭਾਰਤੀ ਨਾਂ ਦੀ ਕੁੜੀ ਆ, ਉਹ ਲੁਧਿਆਣੇ ਤੋਂ ਕੁੜੀ ਆ, ਉਹਦੀ ਭੈਣ ਮੈਨੂੰ ਬਲੈਕਮੇਲ ਕਰ ਟੋਰਚਰ ਕਰਦੀ ਸੀ, ਗਾਲਾਂ ਦੇ ਕੇ ਧਮਕਾਉਂਦੀ ਸੀਗੀ। ਉਹ ਰਿਕਾਰਡਿੰਗਾਂ ਮੇਰੇ ਕੋਲ ਸਾਰੀਆਂ ਸੀਗੀਆਂ, ਭਾਰਤੀ ਦੀਆਂ ਰਿਕਾਰਡਿੰਗਾਂ ਸੀ। ਅਰਸ਼ ਅਤੇ ਭਾਰਤੀ ਰਲ ਕੇ ਮੈਨੂੰ ਗਾਲਾਂ ਕੱਢਦੇ ਸੀਗੇ ਵੀ ਅਸੀਂ ਇਹ ਕਰਵਾ ਦਾਂਗੇ, ਉਹ ਕਰਵਾ ਦਾਂਗੇ। ਫਿਰ ਅਰਸ਼ ਬਦਲ ਗਿਆ ਕਿ ਮੈਂ ਭਾਰਤੀ ਨਾਲ ਮੈਰਿਜ ਕਰਵਾਉਣੀ ਆ, ਫਿਰ ਇਹ ਸਭ ਰੌਲਾ ਇਸ ਗੱਲ ਪਿੱਛੇ ਪਿਆ। ਅਤੇ ਮੈਂ 25 ਤਰੀਕ ਦੀ ਇੱਥੋਂ ਦਾਖਲਾ ਸ਼ਾਮ ਦੀ, ਜਦੋਂ ਇਹਨਾਂ ਨੇ ਮੈਨੂੰ ਫਰਨੈਲ ਪਿਆ ਕੇ 1 ਲੱਖ ਰੁਪਇਆ ਮੇਰੀ ਸੇਵਿੰਗ ਅਲਮਾਰੀ 'ਚੋਂ ਕੱਢ ਕੇ, 10-15 ਹਜ਼ਾਰ ਕਾਊਂਟਰ 'ਚੋਂ ਕੱਢ ਕੇ, ਸਾਰੇ ਮੈਨੂੰ ਤਾਂ ਮਾਰਨ ਦੀਆਂ ਧਮਕੀਆਂ ਦੇ ਕੇ ਉੱਥੋਂ 3 ਜਣੇ ਫਰਾਰ ਹੋ ਗਏ ਆ। ਅਤੇ ਉਸ ਤੋਂ ਬਾਅਦ 25 ਤਰੀਕ ਦੀ ਮੈਂ ਇੱਥੇ ਐਡਮਿਟ ਹਾਂ 7-8 ਵਜੇ ਦੀ, ਉੱਧਰ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਮੈਂ 112 ਨੰਬਰ 'ਤੇ ਵੀ 2 ਵਾਰੀ ਕੰਪਲੇਂਟ ਕੀਤੀ ਆ, ਮੈਨੇ ਥਾਣੇ 'ਚ ਵੀ ਕੀਤੀ ਆ, ਮੇਰੀ MLR ਕੱਟ ਕੇ ਇਹਨਾਂ ਨੇ ਭੇਜਤੀ ਸੀ ਉਦੋਂ ਸ਼ਾਮ ਨੂੰ, ਉਸ ਦਿਨ ਤੋਂ ਲੈ ਕੇ ਅੱਜ ਦਾ ਕੋਈ ਸੁਣਵਾਈ ਨਹੀਂ ਹੋਈ ਇੱਥੇ।
ਪੁਲਿਸ ਆਈ ਤੁਹਾਡੇ ਬਿਆਨ ਦੇ ਅੱਗੇ? ਪੁਲਿਸ ਅੱਜ ਆਈ ਆ, ਜਦੋਂ ਕਿ SSP ਨੂੰ ਦਰਖਾਸਤ ਪਾਈ ਆ ਕੱਲ, ਅੱਜ ਆਇਆ SI ਬਲਵਿੰਦਰ ਤੇ SI ਮਨਪ੍ਰੀਤ ਕੌਰ, ਇਹ ਮੇਰੇ ਬਿਆਨ ਲੈ ਕੇ ਆਏ। ਪਰ ਅੱਜ ਵੀ SI ਬਲਵਿੰਦਰ ਉਹਨਾਂ ਦੇ ਪੱਖ ਦੇ ਹੀ ਮੇਰੇ ਤੋਂ ਬਿਆਨ ਦਵਾਉਣਾ ਚਾਹੁੰਦਾ ਸੀਗਾ, ਕਿਉਂਕਿ ਮੈਨੇ ਥਾਣੇ ਨੂੰ ਤੇ ਇੱਥੋਂ ਆਪਣੇ ਧਰਮਕੋਟ ਦੇ ਥਾਣੇ ਨੂੰ ਹਰ ਮਹੀਨੇ ਪੈਸਾ ਜਾਂਦਾ ਹੈ। ਇਹ ਇੱਥੇ ਮੇਰੀ ਸੁਣਵਾਈ ਨਹੀਂ ਹੋਣੀ ਦੋਨਾਂ ਥਾਣਿਆਂ 'ਚ। ਤੁਸੀਂ ਕਿਵੇਂ ਕਹਿ ਸਕਦੇ ਪੈਸਾ ਜਾਂਦਾ? ਪੈਸਾ ਦਿੰਦੇ ਮੁਨਸ਼ੀ ਖੁਦ ਲੈ ਕੇ ਜਾਂਦਾ ਹੁੰਦਾ ਸੀ, ਤੇ ਅਰਸ਼ ਨੇ ਇੱਕ ਦੋ ਵਾਰੀ ਮੇਰੇ ਨਾਲ ਜਾ ਕੇ ਵੀ ਪੈਸੇ ਦਿੱਤੇ ਆ। ਸਾਰੇ ਹੋਟਲਾਂ ਦਾ ਪੈਸਾ ਜਾਂਦਾ ਹੈ ਮੈਨੇ ਥਾਣੇ 'ਚ ਤੇ ਧਰਮਕੋਟ ਦੇ ਥਾਣੇ 'ਚ। ਹੋਰ ਕਿਸ ਤਰ੍ਹਾਂ ਦੇ ਕੰਮ ਹੁੰਦੇ ਸੀ ਹੋਟਲ ਦੇ ਵਿੱਚ? ਉੱਥੇ ਕੁੜੀਆਂ ਤੋਂ ਧੰਦਾ ਕਰਵਾਇਆ ਜਾਂਦਾ ਸੀ, ਰੂਮ ਲਵਾਏ ਜਾਂਦੇ ਸੀਗੇ ਤੇ ਯਸ਼ ਹੋਟਲ 'ਚ ਤੇ ਇੱਧਰ ਦਰਸ਼ਨ ਹੋਟਲ ਦੇ ਇੱਕ ਦੂਜੇ ਦੇ ਪਾਰਟਨਰ ਆ। ਉੱਧਰ ਕੁੜੀਆਂ ਗੈਰੀ ਬੁਲਵਾਉਂਦਾ ਹੁੰਦਾ ਸੀ, ਗੈਰੀ ਜਦੋਂ ਲੋਡ ਹੁੰਦੀ ਸੀ ਦਰਸ਼ਨ ਹੋਟਲ 'ਚ ਕੁੜੀਆਂ ਦਿੰਦਾ ਸੀ, ਤੇ ਦਰਸ਼ਨ ਹੋਟਲ 'ਚ ਜਦੋਂ ਕੁੜੀਆਂ ਹੁੰਦੀਆਂ ਸੀ ਅਰਸ਼ ਉੱਧਰ ਦਿੰਦਾ ਹੁੰਦਾ ਸੀਗਾ। ਇੱਕ ਦੂਜੇ ਦਾ ਇਹਨਾਂ ਦਾ ਆਪਦਾ ਕੰਮ ਸਿਸਟਮ ਚਲਾਉਂਦੇ ਸੀਗੇ। ਇਹਦੇ ਵਿੱਚ ਗੈਰੀ, ਅਰਸ਼, ਹਰਮਨ, ਸੁੱਖੂ, ਸਤਨਾਮ ਤੇ ਇੱਕ ਰਜੀਆ ਇਹਨਾਂ ਦੀ ਭੈਣ ਬਣੀ ਹੋਈ ਅਰਸ਼ ਹੋਣਾ ਦੀ ਕੁੜੀ ਗੈਰੀ ਦੀ ਫਰੈਂਡ ਆ ਉਹ ਆ ਵਿੱਚ। ਇਹ ਸਾਰੇ ਧੰਦਾ ਵੀ ਚਲਾਉਂਦੇ ਇੱਥੇ। ਭਾਰਤੀ ਨਾਂ ਦੀ ਕੁੜੀ ਆ, ਉਹਦੀ ਭੈਣ ਆ, ਜੋ ਮੈਨੂੰ ਜਿੰਨਾ ਕੁ ਪਤਾ ਹੈ ਮੈਂ ਉਹਨਾਂ ਕੋ ਦੱਸਦਾ, ਕਿਉਂਕਿ 2 ਸਾਲ ਤੋਂ ਇਹੀ ਕੁਛ ਵੇਖਿਆ ਮੈਂ। ਤੇ ਜਦੋਂ ਵੀ ਮੈਂ ਬੋਲਦੀ ਸੀਗੀ ਇਹੀ ਕਹਿ ਕੇ ਚੁੱਪ ਕਰਾਇਆ ਜਾਂਦਾ ਸੀ, ਮੈਂ ਤੇਰੇ ਨਾਲ ਵਿਆਹ ਕਰਵਾਊਂਗਾ, ਕੋਈ ਗੱਲ ਨਹੀਂ, ਮੈਨੂੰ ਸਟੈਂਡ ਹੋ ਜਾਂਦੇ ਤੇ ਬੋਲਣੇ ਮੈਨੂੰ ਦਿੰਦੇ ਨਹੀਂ ਹੁੰਦੇ ਸੀ, ਮਾਰਨ ਦੀਆਂ ਧਮਕੀਆਂ ਦੇ ਦਿੰਦੇ ਸੀਗੇ। ਹੁਣ ਮੇਰੀ ਇਹੀ ਮੰਗ ਆ, ਮੈਨੂੰ ਇਨਸਾਫ ਚਾਹੀਦਾ। ਵਿਆਹ ਦਾ ਲਾਰਾ ਲਾ ਕੇ ਇਹਨੇ ਮੇਰੇ ਨਾਲ ਆਹ ਕੁਛ ਕੀਤਾ ਤੇ ਧੰਦਿਆਂ 'ਚ ਵਾੜਿਆ, ਤੇ ਮੇਰੇ ਨਾਲ ਵਿਆਹ ਹੀ ਕਰਾਵੇ, ਮੈਨੂੰ ਇਹੀ ਕੁਛ ਚਾਹੀਦਾ, ਬਸ ਇਹੀ ਇਨਸਾਫ ਆ ਮੇਰਾ। ਇਹ ਇੱਕ ਨੀਤੂ ਨਾਂ ਦੀ ਲੇਡੀ ਸੀ, ਇੱਥੇ ਦਰਸ਼ਨ ਹੋਟਲ ਦੇ ਵਿੱਚ ਬਤੌਰ ਮੈਨੇਜਰ ਰੱਖੀ ਹੋਈ ਸੀ। ਕਰੀਬ 2 ਸਾਲਾਂ ਤੋਂ ਇਹ ਇੱਥੇ ਬਤੌਰ ਮੈਨੇਜਰ ਕੰਮ ਕਰ ਰਹੀ ਸੀ। ਐਸ 25-2 ਨੂੰ ਇਹਦੇ ਨਾਲ ਕੋਈ ਐਕਸੀਡੈਂਟ ਇਸ ਤਰ੍ਹਾਂ ਦਾ ਹੋਇਆ ਵੀ ਇਹ ਉੱਥੇ ਦਾਖਲ ਹੋ ਗਈ ਹਸਪਤਾਲ। ਸਾਨੂੰ ਰੁਕਾ ਹੋਇਆ, ਅਸੀਂ ਜਾ ਕੇ ਇਹਦੇ ਬਿਆਨ ਲਿਖੇ ਆ। ਪਹਿਲੇ ਦਿਨ 2-3 ਦਿਨ ਤਾਂ ਇਹਨੇ ਬਿਆਨ ਲਿਖਾਇਆ ਨਹੀਂ, ਕੁਛ ਔਰਤ ਹੁੰਦੀ ਆ, ਕੁਛ ਦੱਸਣ ਤੋਂ ਗਰੇਜ਼ ਕਰਦੀ ਸੀ। ਫਿਰ ਇਹ ਸਾਡੇ ਇਹਨਾਂ ਨੂੰ ਕੁਛ 4-5 ਦਿਨਾਂ ਬਾਅਦ ਇਹਨੇ ਬਿਆਨ ਲਿਖਾਇਆ, ਉਹਦੇ 'ਤੇ ਅਸੀਂ 23-41 ਅਤੇ 328 IPC ਦਾ ਪਰਚਾ ਦਰਜ ਕਰ। ਕਿੰਨੇ ਜਣਿਆਂ ਦੇ ਖਿਲਾਫ? ਅਸੀਂ 3 ਜਣਿਆਂ ਦੇ ਖਿਲਾਫ ਲੜਦੇ। ਲੜਕੀ ਕਾਫੀ ਗੰਭੀਰ ਆਰੋਪ ਲਗਾਉਂਦੀ ਸੀ ਦੇਵਪਾਲ। ਦੇਖੋ ਜੀ, ਉਹ ਮਸਲਾ 2 ਸਾਲ ਪੁਰਾਣਾ, ਜਿਹੜੀ 25 ਤਰੀਕ ਨੂੰ ਜੋ ਗੱਲ ਹੋਈ ਆ ਉਹਦੇ ਮੁਤਾਬਕ ਦੇ ਅਸੀਂ ਆਧਾਰ 'ਤੇ FIR ਕੱਟਤੀ ਆ। ਹੁਣ ਪਿਛਲੇ 2 ਸਾਲ ਦਾ ਕੀ ਹੁੰਦਾ ਰਿਹਾ ਉਹ ਅਸੀਂ ਵੈਰੀਫਾਈ ਕਰਾਂਗੇ, ਤਸਦੀਕ ਕਰਾਂਗੇ। ਇਹੋ ਜਿਹੀ ਗੱਲ ਸਾਹਮਣੇ ਆਊਗੀ ਅਸੀਂ ਉਸ ਤਰ੍ਹਾਂ ਦੀ ਕਾਰਵਾਈ ਮੰਗਦੇ ਹਾਂ। ਲੜਕੀ ਵੱਲੋਂ ਆਰੋਪ ਲਗਾਇਆ ਗਿਆ ਕਿ ਥਾਣਾ ਮਹਿਣਾ ਦੀ ਪੁਲਿਸ ਨੂੰ, ਥਾਣਾ ਧਰਮਕੋਟ ਦੀ ਪੁਲਿਸ ਨੂੰ ਪੈਸੇ ਜਾਂਦੇ, ਮਹੀਨਾ ਜਾਂਦਾ, ਇਸ ਤਰੀਕੇ ਕਾਰਵਾਈ ਨਹੀਂ? ਨਹੀਂ ਜੀ, ਇਹੋ ਜਿਹੀ ਕੋਈ ਗੱਲ ਸਾਹਮਣੇ ਆਈ, ਸਿਰਫ ਮੈਨੂੰ ਮਹੀਨਾ ਹੋਇਆ ਮੈਂ ਇੱਥੇ ਆਇਆ ਨੂੰ ਜੀ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਦੇ ਵਪਾਰ ਦਾ ਧੰਦਾ ਵੀ ਚੱਲਦਾ ਹੋਟਲ? ਬਿਲਕੁਲ ਨਹੀਂ ਜੀ, ਇਸ ਤਰ੍ਹਾਂ ਦੀ ਗੱਲ ਹੋਣੀ ਮੇਰੇ ਦੇ ਕੋਈ ਇਤਿਹਾਸ ਨਹੀਂ, ਨਾ ਕੋਈ ਕੰਪਲੇਂਟ ਆ ਜਾਂ ਮੇਰੇ ਕੋਲ। ਹੋਟਲ ਦਾ ਰਿਕਾਰਡ ਚੈੱਕ ਕੀਤਾ ਵੀ ਕਿਸ ਤਰ੍ਹਾਂ ਦੇ ਲੋਕ ਉੱਥੇ ਠਹਿਰਦੇ ਸੀ, ਉਹ ਖਾਣਾ ਪਾਣੀ? ਨਹੀਂ ਨਹੀਂ, ਹੁਣ ਚੈੱਕ ਕਰ ਰਹੇ ਹਾਂ ਜੀ, ਸਾਨੂੰ ਮੈਨੂੰ ਮਹੀਨਾ ਕੁ ਹੋਇਆ ਲੱਗੇ ਨੂੰ ਅਸੀਂ ਚੈੱਕ ਕਰ ਰਹੇ ਹਾਂ। ਅਸੀਂ ਕਿਸੇ ਆਪਣੇ ਇਲੈਕਸ਼ਨ ਆ ਰਿਹਾ, ਇਹਦੇ ਸੰਬੰਧ ਇਹਨਾਂ ਕੰਮਾਂ 'ਚ ਬਿਜ਼ੀ ਹੈ, ਇਹਨਾਂ ਨੂੰ ਚੈੱਕ ਕਰ ਰਹੇ ਹਾਂ ਕੀ ਹੋ ਰਿਹਾ। ਕਈ ਤਰ੍ਹਾਂ ਦੇ ਗੰਭੀਰ ਆਰੋਪ ਲਗਾਏ ਲੇਡੀ ਵੱਲੋਂ ਕਿ ਉਹਨੂੰ ਵੀ ਦੇ ਵਪਾਰ ਦੇ ਧੰਦੇ 'ਚ ਧਕੇਲਤਾ? ਨਹੀਂ ਜੀ, ਉਹ ਤਾਂ ਜੇ ਉਹਦੇ ਧਕੇਲਿਆ ਸੀ, ਹੁਣ ਕੁੱਟਮਾਰ ਹੋਈ ਆ, ਹੁਣ ਉਹ ਆਰੋਪ ਲਾ ਰਹੀ ਹੈ, ਪਹਿਲਾਂ ਉਹਨੇ ਕੁਛ ਨਹੀਂ ਦੱਸਿਆ। ਫੋਨ ਵਗੈਰਾ ਵੀ ਕਹਿੰਦੇ ਮੇਰਾ ਖੋਲਿਆ? ਨਹੀਂ ਜੀ, ਫੋਨ ਤਾਂ ਹੁਣ ਉਸ ਉਹ ਕਹਿੰਦੇ ਮੈਨੂੰ ਉਹਨੇ ਲੈ ਕੇ ਦਿੱਤਾ ਸੀ। ਹੁਣ ਜਿਹੜਾ ਕੁੱਟਮਾਰ ਹੋਈ ਆ ਉਹਦੇ 'ਤੇ ਮੋਬਾਈਲ ਵੀ ਰਿਕਵਰ ਹੋ ਜੂਗਾ ਜੇ ਦੂਸਰੇ ਨੂੰ ਫੜਾਂਗੇ ਜੀ। ਪਰਚਾ ਕਿਹਦੇ ਕਿਹਦੇ 'ਤੇ ਹੋਇਆ ਜੀ? ਹਾਂ, ਇੱਕ ਤਾਂ ਅਰਸ਼ਾ ਮੁੰਡਾ ਜੀ, ਇੱਕ ਹਰਮਨ ਆ, ਇੱਕ ਸੁੱਖਾ। ਕਿੱਥੋਂ ਦੇ ਰਹਿਣ ਵਾਲੇ? 2 ਸਿੰਘਕਲਾਂ ਦੇ ਮੁੰਡਾ, ਪਿੰਡ ਰਕਲਾਂ ਦਾ ਅਰਸ਼। ਸਰ, ਉਹਦੇ ਵੱਲੋਂ ਆਰੋਪ ਵੀ ਲਗਾਏ ਸੀ ਲੜਕੀ ਵੱਲੋਂ ਕਿ ਮੈਨੂੰ ਇੱਕ ਜਿਹੜੀ ਹੈ ਜ਼ਹਿਰੀਲੀ ਵਸਤੂ ਜਿਹੜੀ ਮੇਰੇ ਮੂੰਹ 'ਚ ਧੱਕੇ ਨਾਲ ਪਾ। ਹਾਂ, ਉਹ ਕਹਿ ਰਹੀ ਹੈ ਮੈਨੂੰ ਧੱਕੇ ਨਾਲ ਪਈ ਆ, ਕੂਆ ਵੇਖਦੇ ਹਾਂ ਜੀ, ਫਰਨਾਇਲ ਆ ਕੀ ਆ, ਡਾਕਟਰ ਨੇ ਸਾਨੂੰ ਗੈਸਟ੍ਰਿਕ ਦੇ ਦਿੱਤਾ ਕੱਢ ਕੇ, ਅਸੀਂ ਉਹਦਾ ਉਹਨੂੰ ਲੈਬੋਰਟਰੀ 'ਚ ਭੇਜਦੇ ਹਾਂ ਵੀ ਕਿਸ ਤਰ੍ਹਾਂ ਦਾ ਉਹ
ਕੇ ਆ ਜਾਂਦਾ। ਅਰਸ਼ ਜੀ ਇੱਕ ਇਸ ਨੂੰ ਲੇਡੀਜ਼ ਨੂੰ ਭਿੰਡਰ ਕਲਾਂ ਦਾ ਵੈਸੇ ਮੁੰਡਾ ਅਨਮੈਰਿਡ ਹੀ ਆ, ਇਹਨੂੰ ਕਿਤੇ ਇਹਨੂੰ ਬੱਸ ਸਟੈਂਡ 'ਤੇ ਮਿਲੀ ਹੈ ਲੜਕੀ, ਅਤੇ ਇਹਨੂੰ ਬਸ ਇਹਨੂੰ ਕਹਿੰਦੇ ਵੀ ਮੈਂ ਮੈਨੂੰ ਕੰਮ ਚਾਹੀਦਾ, ਹੁਣ ਇਹਨੂੰ ਕਿਹਾ ਵੀ ਮੇਰੇ ਕੋਲ ਇੱਕ ਹੋਟਲ ਆ, ਉਹਨੂੰ ਮੈਂ ਬਤੌਰ ਮੈਨੇਜਰ ਰੱਖ ਲਿਆ। ਇਹ ਵੈਰੀਫਾਈ ਕਰਨਾ ਬਾਕੀ, ਕਿਉਂਕਿ ਲੇਡੀਜ਼ ਆਲਰੇਡੀ ਮੈਰਿਡ ਆ। ਕੋਈ ਰੈਸਟ ਹੋਈ ਇਹ 'ਚ? ਬਸ ਜੀ ਅਜੇ ਰੈਸਟ ਅਜੇ ਹੋਏ ਨਹੀਂ, ਰੈਸਟ ਰੈਸਟ ਕਰਨਾ ਜਲਦੀ।